ਜਾ ਪੇ ਕਰਿਆ ਫਿਰ ਚੱਲ। ਉਹ ਬੰਦਾ ਆਪਣਾ ਕਾਲਾ ਆ ਨਿੱਕੀ ਜੀ ਸਿਰੀ ਦੀ ਉਹਦੀ ਆਪਣੀ ਵਾਰੀ ਆਉਣ ਲੱਗੀ। ਬੂੰ 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 ਚੱਲ ਤੂੰ ਮੈਂ ਡਰੋਨ ਮਾਰ ਕੇ ਹੁਣੇ ਆ ਗੇਮ ਕਿਉਂ ਚਲਾਉਂ। ਜੇ ਕਿਸੇ ਨੇ ਭੂਤਾ ਕਢਾਉਣੀ ਉਹਨਾਂ ਤਾਂ ਸਾਨੂੰ ਕੰਟੈਕਟ ਕਰ। ਸਾਲੇ ਲੜਦੇ ਤੁਸੀਂ ਹੋ ਵਿੱਚ ਮੈਨੂੰ ਕਿਉਂ ਘੜੀਦੇ ਹੋ ਇੱਥੇ ਹੁਣ ਕਿਉਂ ਦੇਖਦਾ ਦਫਾ ਜਾ ਇੱਥੋਂ ਮੇਰੀ ਗੇਮ ਆ ਭੱਜਾ ਖੇਡੀ ਤੂੰ ਗੇਮ। ਵੈਲਕਮ ਬੈਕ ਆ ਜੀ ਤੁਹਾਡਾ ਸਾਡੇ ਵਲੌਗ ਦੇ ਵਿੱਚ। ਵਲੌਗ ਆਪਾਂ ਸਟਾਰਟ ਕਰਨ ਲੱਗੇ ਹਾਂ ਅਤੇ ਘਰੇ ਹਾਂ ਆਪਾਂ, ਜੋ ਛੁੱਟੀਆਂ ਛਾਟੀਆਂ ਅਤੇ ਮਾਹੌਲ ਵਧੀਆ ਬਣਿਆ ਹੋਇਆ। ਅੱਜ ਵੀਕਐਂਡ ਆਪਣਾ ਠੀਕ ਆ। ਆਹ ਦੇਖੀ ਵੀਡੀਓ ਸਹੀ ਆ ਰਹੀ ਇੱਧਰ ਦੀ ਹੈ, ਬਹੁਤ ਵਧੀਆ ਆ ਰਹੀ ਹੈ, ਤੇਰਾ ਮੂੰਹ ਬਹੁਤ ਵਧੀਆ ਆ ਰਿਹਾ। ਮੇਰਾ ਮਜ਼ਾਕ ਉਡਾਇਆ ਜਾ ਰਿਹਾ। ਹਾਂ ਤੂੰ ਦੱਸ, ਤੂੰ ਨਹੀਂ ਤੇਰੀ ਲੜਾਈ ਇਹ ਬੰਦੇ ਨਾਲ, ਇਹਦੀ ਲੜਾਈ ਤੇਰੇ ਨਾਲ, ਸਾਰਾ ਤੰਗ ਕਰਦਾ ਆਪ ਗੱਲ ਨਹੀਂ ਮੰਨਦਾ ਇਹ। ਮੇਰਾ ਕੀ ਕਸੂਰ ਹੈ ਇਹਦੇ ਵਿੱਚ? ਤੂੰ ਫੇਰ ਆ ਗਿਆ ਇੱਥੇ, ਚੱਲ ਦਫਾ ਮੇਰਾ ਮੇਰਾ ਮੇਰੀ ਗੇਮ ਆ, ਚੱਲ ਚੱਲ ਉਧਰ। ਤੇਰਾ ਮੂੰਹ ਦਿਖਾਈ ਗੇਮ ਕਿਉਂ ਚਾਹ। ਅਰੇ ਹੁਣ ਮੈਂ ਗੇਮ ਚਲਾਉਣਾ। ਅੱਛਾ ਖੇਡ ਕੇ ਦਿਖਾ ਦੇ ਬਾਈ ਹੁਣ ਗੇਮ। ਅੱਜ ਕੀ ਪ੍ਰੋਗਰਾਮ ਬਾਈ? ਗੇੜਾ ਚੱਲ ਠੀਕ ਲੋ ਵੀ ਦੋਸਤੋ, ਸੌਂ ਕੇ ਉੱਠੇ ਸੀਗੇ ਤੇ ਤੇਲ ਤੂਲ ਚਸਾਇਆ ਬਾਲਾਂ 'ਤੇ ਵਧੀਆ ਤਰੀਕੇ ਨਾਲ, ਆਪ ਹੀ ਚੱਸਿਆ ਹੈ ਨਾ। ਹੁਣ ਆਪਾਂ ਮਾਹੌਲ ਬਣਾਉਂਦੇ ਹਾਂ, ਚੱਲੀਏ ਆਪਾਂ ਅੱਜ ਸ਼ਾਮ ਨੂੰ ਘੁੰਮਣ ਫਿਰਨ ਕਿਤੇ, ਮਤਲਬ ਇਨ ਦਾ ਸੈਂਸ ਮੈਂ ਅਤੇ ਸਲੀਮਾ ਹੀ ਹੈ ਨਾ, ਯਾਰਾਂ ਦੋਸਤਾਂ ਨਾਲ ਬਾਹਰ ਗੇੜਾ ਗੂੜਾ ਕੱਢ ਕੇ ਆਵਾਂਗੇ। ਓਏ ਜੇ ਕਿਸੇ ਨੇ ਭੂਤਾ ਕਢਾਉਣੀ ਹੁਣ ਤਾਂ ਸਾਨੂੰ ਕੰਟੈਕਟ ਕਰ। ਅਸੀਂ ਖੁਦ ਕੱਢਦੇ, ਸਾਨੂੰ ਜਾਦੂ ਜੂਦ ਨਹੀਂ ਆਉਂਦਾ, ਅਸੀਂ ਜ਼ੋਰ ਲਾਉਂਦੇ ਆਪ ਹੀ ਕੱਢ ਕੁੱਟ ਦਈਏ ਉਹਨਾਂ ਦੀਆਂ ਭੂਤਾਂ। ਅੱਜ ਕੱਲ੍ਹ ਇੰਸਟਾ 'ਤੇ ਅਸੀਂ ਕੱਢ ਵੀ ਰਹੇ ਹਾਂ ਥੋੜ੍ਹਾ ਜਿਹਾ। ਜੇ ਤੁਸੀਂ ਇੰਸਟਾ ਜਾ ਕੇ ਫਰੋਲ ਕੇ ਦੇਖੋ ਨਾ, ਬੈਕ ਟੂ ਬੈਕ 1 ਮਿਲੀਅਨ ਕਰਨ ਲਈ ਬਹੁਤ ਬਹੁਤ ਧੰਨਵਾਦ। 2 ਵੀਡੀਓ ਬੈਕ ਟੂ ਬੈਕ ਇੰਸਟਾਗ੍ਰਾਮ 'ਤੇ ਤਾੜ ਤਾੜ ਪੈਂਦੀ ਹੈ ਨਾ ਭੂਤਾਂ ਦੀ। ਅਰੇ ਅਸੀਂ ਉਹੀ ਭੂਤਾਂ ਦੀ ਗੱਲ ਕਰ ਰਹੇ ਹਾਂ ਹੌਲੀ ਹੌਲੀ ਕੱਢਾਂਗੇ ਸਾਰਿਆਂ ਦੇ ਭੂਤਾਂ ਨੇੜੇ ਨੇੜੇ ਹੋਣਾ। ਇੱਕ ਆਹ ਵੀਡੀਓ ਅੱਜ ਹੋਰ ਪਾਈ ਆ ਹੈ ਟੁੰਨੂ ਵੀਰ ਜੀ ਉਹਨਾਂ ਦੀ, ਤੇ ਬੈਕ ਟੂ ਬੈਕ ਹੋਰ ਆ ਰਹੀਆਂ ਨੇ ਸਹੀ ਆ ਨਾ। ਫੇਰ ਆਪਾਂ ਕਰਾਂਗੇ ਹੱਲ ਉਹਨਾਂ ਦਾ। ਮੈਂ ਵੀ ਬਹੁਤ ਸੋਹਣਾ ਬਣ ਜਾਣਾ ਨਾ ਧੋ ਕੇ ਤਾਂ। ਓਕੇ ਓਕੇ ਚਲੋ ਮਿਲਦੇ ਫਿਰ, ਬਾਬਾ ਪੁਲਿਸ ਮਾਰਦੀ ਚਲ ਠੀਕ ਆ। ਓਕੇ ਓਕੇ ਬਾਬਾ ਚਲ ਚੱਲੀਏ, ਆਹ ਮਿਸ਼ਨ ਪੂਰਾ ਕਰਦੀ ਯਾਰ ਅਰਜੈਂਟ ਆ ਆਪਾਂ ਗੱਡੀ ਉਹ ਬਸ ਬਸ ਆਹ ਭੌਂਕੜੋ ਹਟੇ ਨਾ ਮੈਂ ਮਿੰਟਾਂ 'ਚ ਕਰ ਦਿੰਦਾ। ਚੱਲ ਯਾਰ ਸਹੀ ਹੁਣ 2 ਮਿੰਟ ਰੋਲ ਮਰ ਕੇ ਹੁਣੇ ਆ ਜਿਹੜਾ ਉਹ ਜੀ ਟੀ ਚੱਲਦੇ ਨੇ ਜੀ ਟੀ ਮਿਸ਼ਨ ਮਿਸ਼ਨ ਕੋਈ ਕੋਈ ਹੀ ਟੱਕੇ ਫੜ ਜਾ, ਨਹੀਂ ਮੈਂ ਲੈ ਕੇ ਨਹੀਂ ਆਣਾ ਕਿਤੇ।
ਲਓ ਵੀ ਮਿੱਤਰੋ GTA ਦੇ ਕਿਹੜੇ ਕਿਹੜੇ ਫੈਨ ਆ ਉਹ ਜ਼ਰੂਰ ਕਮੈਂਟ ਕਰਨ, ਆਪਾਂ ਬਹੁਤ ਵੱਡੇ ਫੈਨ ਆ, ਵਿਹਲੇ ਟਾਈਮ ਆਪਣੇ ਇਹੀ ਚੱਲਦੀ ਜਾਂਦੀ। ਉਹ ਚਾਚਾ ਤੇਰਾ ਇਹ ਹਰ ਵਕਤ ਕਜੀਆ ਕਲੇਸ਼ ਇਹਨਾਂ ਦੋਨਾਂ ਦਾ ਹੀ ਚੱਲਦਾ ਹੁੰਦਾ ਘਰ 'ਚ। ਬੈਂਕ ਲੁੱਟਣੀ ਆ, ਬੈਂਕ ਨਹੀਂ ਮਨੀ ਲਾਂਡਰਿੰਗ 'ਚੋਂ ਪੈਸੇ ਲੁੱਟ ਕੇ ਜਾਣਾ। ਉਹ ਚਾ ਰਾਖੀ ਸੈਰ ਪਰੇ ਕਰ ਬੇਟਾ, ਹਿਸਾਬ ਲਾਇਆ ਮੈਂ, ਸਾਡੇ ਤਾਂ ਦਿਨ ਆਉਣੇ ਨਹੀਂ ਹੈਗੇ। ਅਸੀਂ ਮਤਲਬ ਆਪਦੇ ਪਿਓ ਤੋਂ ਵੀ ਗਾਲਾਂ ਖਾਧੀਆਂ ਨੇ, ਉਹਨਾਂ ਨੂੰ ਦੇਖ ਦੇਖ ਅਸੀਂ ਇਹ ਸਿੱਖਦੇ ਹੁੰਦੇ ਸੀਗੇ ਵੀ ਚੱਲ ਜਦੋਂ ਸਾਡੇ ਜਵਾਕ ਹੋਏ ਅਸੀਂ ਉਹਨਾਂ ਨੂੰ ਕੱਢਾਂਗੇ ਭੈਣ ਚੋਂ ਤੀਰੰਗੂ ਸਿੱਧੇ ਕਰਕੇ ਰੱਖਾਂਗੇ। ਅਤੇ ਜਦੋਂ ਇਹ ਸਾਰਾ ਕੁਛ ਉਲਟਾ ਹੋ ਗਿਆ, ਜਵਾਕ ਆ ਗਏ, ਸਾਰਾ ਕੁਛ ਹੋ ਗਿਆ, ਤਾਂ ਹੁਣ ਸਾਨੂੰ ਇਹ ਗਾਲਾਂ ਕੱਢਦੇ ਨੇ। ਮਤਲਬ ਅਸੀਂ ਤਾਂ ਕਾਸੇ ਜੋਗੇ ਨਾ ਰਹੇ, ਫਿਰ ਆਪਾਂ ਤਾਂ ਵਿੱਚ ਲੜਕ ਗਏ ਇਸ ਲਈ ਫਿਰ ਹੈਂ। ਅਤੇ ਕਹਿੰਦੇ ਅੱਜ ਕੱਲ੍ਹ ਦੇ ਜਵਾਕ ਬਹੁਤ ਤੇਜ਼ ਨੇ ਜੀ, ਇਹਨਾਂ ਨੂੰ ਤਾਂ ਪਾਲੋ ਬਹੁਤ ਤਰੀਕੇ ਨਾਲ, ਇਹਨਾਂ ਨੂੰ ਕੁਛ ਕਹਾਂਗੇ ਤਾਂ ਇਹ ਕੋਈ ਗਲਤ ਕਦਮ ਨਾ ਚੱਕ ਲੈਣ ਹੈ। ਮਤਲਬ ਸੋਸ਼ਲ ਮੀਡੀਆ ਦੀ ਪੈਦਾਇਸ਼ ਹੀ ਹੈਗੇ ਇਹ ਬਰਗਰ ਬੱਚੇ, ਉਹ ਪੈਂਦੀਆਂ ਗੋਲੀਆਂ। ਆਪਾਂ ਮਨੀ ਲਾਂਡਰੀ ਤੋਂ ਚੋਰੀ ਕਰਕੇ GTA 5 GTA 6 ਦਾ ਵੇਟ ਕਰਦੇ ਹਾਂ ਵੀ ਕਦੋਂ ਆਵੇ, ਕਦੋਂ ਆਉਣੀ ਆਪ 2025 ਬਿਟਵੀਨ ਅਪ੍ਰੈਲ ਔਰ ਫੈਬਰੁਅਰੀ। ਗੁੱਡ, ਇਹ ਆਪਾਂ ਸਾਰੇ ਨਾ ਆਪਣੇ ਅਸਿਸਟੈਂਟ ਰੱਖੇ ਹੋਏ ਨੇ, ਸਾਰੀ ਇਨਫੋਰਮੇਸ਼ਨ ਆਪਾਂ ਨੂੰ ਅਪ ਟੂ ਡੇਟ ਕਰਦੇ ਨੇ। ਹੈਪੀ ਸਫਾਰੀ। ਮੈਨੂੰ ਕਿਹਾ ਮੈਂ ਚੱਲ ਚੱਲੀਏ ਅਰਜੈਂਟ ਆ, ਅਤੇ ਇਹ ਤਾਂ ਮਿਸ਼ਨ ਪੂਰਾ ਕਰਨ ਬਹਿ ਗਿਆ। ਬੰਦੇ ਹੁਣ ਦੱਸ ਦੋ ਵੀ ਯਾਰ ਕੋਈ ਆ ਜਾ ਚੱਲ। ਉਹ ਰੈੱਡ ਤੋਂ ਪਿੱਛੇ ਛੱਡ ਗਿਆ, ਡੋਟ ਜਾਂ ਮਾਰ ਇਹਨਾਂ ਸਾਰਿਆਂ ਨੂੰ ਸਵਾਲਿਆਂ ਨੂੰ ਮਾਰ ਕੰਨ ਤੇ। ਓਹੋ, ਚੱਲ ਹੁਣ ਆ ਚੱਲੀਏ, ਚੱਲ ਮੈਂ ਤਾਂ ਮੈਂ ਕਿਹਾ ਦਿਖਾ ਦਈਏ ਲੋਕਾਂ ਦੇ, ਤੂੰ ਪਹਿਲਾਂ ਹੀ ਮਰ ਗਿਆ ਹੈ। ਮਾਹੌਲ ਸ਼ਾਮ ਦਾ ਤੇ ਸੂਰਜ ਛਿਪ ਰਿਹਾ ਹੌਲੀ ਹੌਲੀ ਹੈ ਸਲੀਮ, ਵਧੀਆ ਮਾਹੌਲ ਹੈ, ਵਧੀਆ ਮਾਹੌਲ ਹੈ, ਇੱਕ ਨੰਬਰ ਮਾਹੌਲ ਹੈ, ਇੱਕ ਨੰਬਰ ਹੈ, ਇੱਕ ਨੰਬਰ ਆ ਹੈ, ਇੱਕ ਨੰਬਰ ਵਾਲਾ ਆਮ ਆਦਮੀ ਜੀ ਚਲਾ ਗਿਆ। ਕੀ ਚਲਾ ਗਿਆ? ਉਹ ਨਹੀਂ ਜਿਹਨੂੰ ਕਿਹਾ ਸੀ ਬਾਬੇ ਨੇ, ਹਾਂ ਇੱਕ ਨੰਬਰ ਮਾਹੌਲ ਹੈ, ਕਿੱਥੇ ਚੱਲੀ ਗੋਲਡੀ? ਅੱਛਾ ਅੱਛਾ ਅੱਛਾ, ਕਿਹੜਾ ਗੋਲਡੀ? ਉਹ ਆਮ ਆਦਮੀ ਚ ਆ ਗਿਆ, ਆਮ ਆਦਮੀ ਚ ਆ ਗਿਆ। ਚੱਲ ਪੂਰਾ ਮਾਹੌਲ ਪੈਣ ਪਾ ਕੇ ਆਇਆ ਇੰਡੀਆ ਦੇ ਵਿੱਚ ਵੋਟਾਂ ਦਾ, ਐਨ ਲੱਗ ਰਹੀ ਆ ਸੌਦੇਬਾਜ਼ੀ ਹੋ ਰਹੀ ਆ ਪ੍ਰੋਪਰ ਹੈ। ਕਾਂਗਰਸੀ ਆ ਤੂੰ ਛੱਡ, ਜਿਹੜੇ ਪਿੱਛੇ ਨਾਰੇ ਮਾਰਦੀ ਬਿੱਟੂ ਜਿੰਦਾਬਾਦ ਕਾਂਗਰਸ ਜਿੰਦਾਬਾਦ, ਜਦੋਂ ਉਹਨੇ ਸਿਰੋਪਾ ਪਾਉਣਾ ਬੀਜੇਪੀ ਫੇਰ ਉਹ ਕਿੱਥੇ ਗਏ ਬਾਈ? ਇਹ ਫੁੱਦੂ ਨੀ, ਜਨਤਾ ਫੁੱਦੂ ਆ, ਇਹ ਕਿਹੜਾ ਅੱਜ ਪੈਦਾ ਹੋ ਕੇ 7 ਸਾਲਾਂ ਦੇ ਬਣਾਉਂਦੀ ਆਉਂਦੇ ਆ, ਉਹਨਾਂ ਨੂੰ ਪਤਾ ਵੀ ਸਾਡੀ ਜਨਤਾ ਨੇ ਅਸੀਂ ਫੁੱਦੂ ਕਿਵੇਂ ਬਣਾਉਣਾ ਹੈ, ਤੇ ਉਹ ਜਨਤਾ ਬਣਦੀ ਆਉਂਦੀ ਆ। ਭੈਣ ਚੋ ਸਿਰਫ 4 ਕੁ ਦਿਨ ਪਹਿਲਾਂ ਬੀਜੇਪੀ ਦੀ ਮਾਂ ਭੈਣ ਕਰਕੇ ਹਟਿਆ ਬਿੱਟੂ, ਹਾਂ ਹਾਂ, ਜਮਾ ਹੀ ਇਹ ਕਿਸਾਨਾਂ ਨੂੰ ਐ ਕਰਦੇ ਆ ਉਹ ਕਰਦੇ ਆ, ਸਰੂਪਾ ਪਾਇਆ ਕਿਸਾਨਾਂ ਦੇ ਵਿਰੁੱਧ ਹੋ ਗਿਆ। ਕਹਿੰਦਾ ਮੈਂ ਤਾਂ ਆਇਆ ਵਾ ਵੀ ਅਸੀਂ ਕਿਸਾਨਾਂ ਦੇ ਮਸਲੇ ਹੱਲ ਮੈਂ ਕਰਾਉਣੇ ਆ ਹੁਣ ਜਾ ਕੇ ਉੱਥੋਂ। ਕਿਸਾਨਾਂ ਨੇ ਵਧੇੜਿਆ ਤਾਂ ਹੈ, ਵੱਟੋ ਵੱਟੀ ਹੋਇਆ ਫਿਰਦੇ ਭੱਜਿਆ ਫਿਰਦਾ, ਬਾਕੀ ਸਮਝਣ ਦੀ ਗੱਲ ਆ, ਸਮਝ ਜੋ ਬੰਦਾ ਨਾਪੋ ਤੋਲੋ ਯਾਰ, ਇੰਨਾ ਪਿੱਛੇ ਨਾ ਲੱਗੋ, ਕੌਲੀ ਚੱਟ ਭੈਣ ਜੋ ਬੈਂਗਣਾ ਮਗਰ ਨਾ ਲੱਗੋ, ਜਿਹੜੇ ਭੈਣ ਦੇ ਥਾਲੀ ਦੇ ਬੈਂਗਣ ਨਹੀਂ ਹੁੰਦੇ ਕਦੇ ਇੱਧਰ ਕਦੇ ਉੱਧਰ ਹੈ, ਬਾਕੀ ਮਾਹੌਲ ਗਰਮ ਆ ਥੋੜਾ ਜਿਹਾ। ਬੜਾ ਸੋਹਣਾ ਫੁੱਦੂ ਬਣਾਉਂਦੇ ਲੋਕ, ਬਹੁਤ ਬਹੁਤ ਸੋਹਣਾ ਬਣਾਉਂਦੇ, ਬਹੁਤ ਸੋਹਣਾ। ਆਪਣੀ ਵਾਰੀ ਆਉਣ ਲੱਗੀ, ਬੂੰ 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 ਚੱਕੂ ਪਿੱਛੇ ਡਿੱਗ ਪਿਆ। ਅਸੀਂ ਸਲਾਂਸਰ ਤਾਂ ਲਵਾ ਰਹੇ ਹਾਂ, ਅਸੀਂ ਮੂੰਹ ਨਾਲ ਹੀ ਇੱਕ ਧੱਤਾ ਗਾ ਹੈ।
ਮੋਡੀਫਾਈ ਤਾਂ ਕਰਾਈ ਨਹੀਂ ਹੈਗੀ ਸਲੰਸ ਸਲੂੰਸਰ ਮੂੰਹ ਨਾਲ ਹੀ ਕਿ ਧੱਤਾ ਕਰ ਲੈਂਦੇ ਹਾਂ ਅਸੀਂ। ਚਲੋ ਜੀ ਆ ਗਏ ਅਸੀਂ ਆਪਣੇ ਏਰੀਏ ਦੇ ਕੰਮ ਸੀਗਾ ਸਾਨੂੰ ਇੱਥੇ। ਕੌਣ ਸਾ ਕੰਮ ਥਾ ਬਤਾ ਦੇ, ਹਮਾਰਾ ਸ਼ੀਸ਼ਾ ਓਪਨ ਹੈ। ਏਸੀ ਦੀ ਉੱਡ ਗਈ ਗੈਸ, ਗੈਂਚੀ ਘਵਾਰਾ ਹੋ ਗਿਆ, ਗੈਂਚੀ ਦੁਬਈ ਦੇ ਵਿੱਚ। ਆ ਮਾਹੌਲ ਦੇਖ ਲੋ, ਹੁਣ ਗੱਡੀਆਂ ਹੀ ਗੱਡੀਆਂ, ਕਿਹਨੇ ਲੈਣੀ ਗੱਡੀ ਦੱਸ ਦੋ ਫਿਰ, ਸੈਕਿੰਡ ਹੈਂਡ ਆ ਵਿਕਣ ਵਾਲੀਆਂ ਗੱਡੀਆਂ ਖੜੀਆਂ ਸਾਰੀਆਂ, ਵਿਕਣ ਇਧਰ ਇਧਰ ਉਧਰ ਜਾਣ ਵਾਲੀਆਂ ਗੱਡੀਆਂ। ਕਿਹਨੇ ਲੈਣੀ ਗੱਡੀ ਜਾ ਕੇ? ਕਿਹੜੀ ਗੱਡੀ ਲੈਣੀ? ਕਿਹੜੀ ਲੈਣੀ? ਉਹ GTA 5 ਵਾਲੀ ਲੈਂਬਰਗਿਨੀ ਲੈਣੀ ਆ ਨੇ ਬਈ, ਲੈਂਬਰਗਿਨੀ ਲੈਂਬਰ ਜਿਹੜੇ ਹੁਣ ਬਈ। ਹਾਂ ਇਹ ਜਵਾਕ ਦੀ ਸਟਾਰਟ ਮਸਟੈਂਗ ਤੋਂ ਹੋਈ ਆ। ਹਾਂ ਇਹ ਤਾਂ ਇਹ ਤਾਂ ਲੈਂਬਰਗਿਨੀ ਸੋਚੂਗਾ ਹੀ ਸੋਚੂਗਾ। ਹਾਂ ਬਾਈਕ ਲੈਣੀ ਸੀ ਭੁੱਲ ਗਿਆ। ਹੂੰ ਬਾਈਕ ਲੈਣੀ ਸੀ ਭੁੱਲ ਗਿਆ। ਬਾਈਕ ਲੈਣੀ ਸੀ? ਓਕੇ ਓਕੇ ਬਾਈਕ ਲੈਣੀ ਸੀ। ਤੇ ਆਪਣੇ ਵਰਗੇ ਦੀ ਹੋਈ ਆ ਸਪਲੈਂਡਰ ਹੋਣਾ ਤੁਸੀਂ? ਹਾਂ ਆਪਣੀ ਸੋਚ ਹੀ ਉਹੀ ਹੁੰਦੀ ਸੀ, ਕਾਵਾਸਾਕੀ ਹੋਣੀ ਆ ਜਾਣ। ਰਸ਼ ਤੇ ਰਸ਼ ਚੜਿਆ ਹੋਇਆ ਮਿੱਤਰੋ, ਰਸ਼ ਤੇ ਰਸ਼। ਛੁੱਟੀ ਦਾ ਟਾਈਮ ਆ ਹੁਣ ਐਕਚੁਅਲੀ। ਹਾਂ ਛੁੱਟੀ ਹੋਣ ਨਿਕਲਣ ਗਏ ਲੋਕ, ਇਹਨਾਂ ਨੇ ਪਾਉਣਾ ਗਾਹ ਜਾ ਕੇ ਟ੍ਰੈਫਿਕ ਆ ਰੋਡਾਂ ਦੇ ਉੱਤੇ। ਚਲੋ ਵੀ ਮਿੱਤਰੋ ਮਿਲਦੇ ਹਾਂ ਅਸੀਂ ਫਿਰ ਆਪਾਂ ਨੈਕਸਟ ਪਾਰਟ ਦੇ ਵਿੱਚ, ਫਿਰ ਪਹੁੰਚ ਕੇ ਦਿਖਾਉਣਾ ਗੈਂਚੀ ਘਵਾਰਾ ਕਿਵੇਂ ਪੈਂਦਾ ਇਹ 'ਚ, ਠੀਕ ਆ? ਗੈਂਚੀ ਗੈਂਚ ਗੈਂਚੀ ਗੈਂਚੀ ਉਹ ਗੱਡੀ ਫਸ ਗਈ ਐਂ ਕਰਕੇ, ਉਹਦੀ ਵੀਡੀਓ ਬਣਾ ਕੇ ਆ ਜਾ ਮੈਂ। ਠੀਕ ਹੈ ਉਸਤਾਦ, ਉਸਤਾਦ ਬਣ ਗਈ ਉਹਦੇ ਬਾਈ, ਉਹਦੇ ਧੱਕਾ ਲਾਉਂਦੇ ਹਾਂ, ਲਾਗੇ ਲੱਗਦਾ ਫਸ ਗਈ ਆ ਗੱਡੀ ਦੇ ਪਿੱਛੇ। ਚਲੋ ਜੀ ਚੱਲੀਏ ਫਿਰ ਹੁਣ ਆਪਾਂ, ਹਾਂ ਦਾ ਕੀ ਚੱਲੀਏ, ਲਾਈਨ ਲੱਗ ਗਈ ਟ੍ਰੈਫਿਕ ਇੱਧਰ, ਟ੍ਰੈਫਿਕ ਦਾ ਕੀ ਕਢਾ ਗਿਆ ਟ੍ਰੈਫਿਕ ਯਾਰ, ਉਹਦਾ ਕੀ ਟ੍ਰੈਫਿਕ ਕਢਾ ਗਿਆ। ਇੱਧਰ ਅੰਦਰ ਕ੍ਰਿਕਟ ਚੱਲ ਰਹੀ ਆ, ਜ਼ਿੰਦਗੀ ਦੇ ਆਪਦੇ ਆਪਦੇ ਮਜ਼ੇ, ਹਰ ਇੱਕ ਦੀ ਆਪਦੀ ਜ਼ਿੰਦਗੀ ਆਪਦੀ ਲਾਈਫ। ਹੋਰ ਕੀ ਬੇਟਾ, ਚੱਲ ਪੁੱਤਰ ਵੇਖ ਚੱਲੀਏ। ਇੰਨੀਆਂ ਗੱਡੀਆਂ ਕਾਹਤੋਂ ਸੁਣੀ ਬਾਈ ਯਾਰ, ਜ਼ਿਆਦਾਤਰ ਆਹ ਉਹ ਪਾਣੀ ਵਾਲੀਆਂ ਗੱਡੀਆਂ ਸਾਰੀਆਂ ਖਤਮ ਹੋਈਆਂ ਨੇ। ਖਤਮ ਹੋਈਆਂ ਨਾ ਡੈਡ, ਖਤਮ ਹੋਈ ਜੋ ਹੁਣ ਕੰਮ ਕਰਾਉਣਾ ਹੀ ਆ, ਕਿਉਂਕਿ ਉਹਨਾਂ ਦੇ ਸਾਈਡਾਂ ਤੇ ਨਾ ਗਾਰਾ ਜੰਮਿਆ ਪਿਆ ਸੀ ਗੱਡੀਆਂ ਤੇ, ਆ ਰਸ਼ ਨਹੀਂ ਦੇਖ ਕਿੰਨਾ ਹੋਇਆ ਪਿਆ। ਰੋਡ ਬਲੌਕ ਤਾਂ ਬਈ ਹੋਣ ਨਹੀਂ ਦਿੰਦਾ ਇਹਨਾਂ ਦਾ, ਉਹਨੂੰ ਫਾਈਨ ਦੇ ਆਉਣਾ ਸੀਗਾ ਨਹੀਂ ਤਾਂ ਇੱਥੇ ਆ ਕੇ ਇਹਨੇ ਛੋਤੇ ਨੇ ਆਉਣਾ ਸੀ ਫਾਈਨ ਦੇ ਕੇ ਤੁਰ ਤੁਰ ਜਾਣਾ ਸੀ ਨਾ, ਲੇਕਿਨ ਹੁਣ ਆ ਮੀਂਹ ਦੇ ਵਿੱਚ ਹੋਈਆਂ ਗੱਡੀਆਂ ਬਹੁਤ ਸਾਰਾ ਬਹੁਤ ਜ਼ਿਆਦਾ ਖਰਾਬ ਫਲੱਡਡ ਹੋਈਆਂ ਨੇ, ਉਹਦੇ ਕਰਕੇ ਫਿਰ ਰਸ਼ ਪਿਆ। ਚਾਂਦੀ ਆ ਹੁਣ ਤਾਂ ਮਕੈਨਿਕਾਂ ਦੀ ਭਾਈ ਚਾਂਦੀ, ਔਰ ਇਹ ਇਹਨਾਂ ਕੋਲ ਗੰਡਾਸਾ ਵੀ ਖੁੰਡਾ ਰੱਖਿਆ ਹੋਇਆ। ਲੈ ਯਾਰ ਇਹ ਵੀ ਫੁੱਲ ਆ, ਇਹ ਵੀ ਲਾਉਂਦੀ ਟੈਂਕ ਚੱਕ, ਆਪਣੇ ਵਾਲੇ ਵੀ ਫੁੱਲ ਆ ਕੰਮ। ਉਹ ਬੰਦਾ ਆਪਣਾ ਕਾਲਾ, ਆ ਨਿੱਕੀ ਜੀ ਸਿਰੀ ਨਹੀਂ ਉਹਦੀ ਸਿਰੀ, ਇਹਦੀ ਸਿਰੀ ਲੱਪਣੀ ਆ ਕੇ, ਠੀਕ ਆ। ਇਹੀ ਕਰਦਾ ਫਿਰ ਕੰਮ ਗੱਡੀ ਦਾ ਆਪਣੇ ਬਾਈ, ਕੰਮ ਬਹੁਤ ਵਧੀਆ ਕਰਦਾ ਐਂ ਚੌਟੀ ਦਾ। ਇਹਦਾ ਅਸੀਂ ਪੂਰੇ ਦੁਬਈ 'ਚ ਗੱਡੀਆਂ ਖਰਾਬ ਕਰਵਾ ਕੇ ਦੇ ਲਈਆਂ, ਕੰਮ ਕਰਾ ਕਰਾ ਇਹ ਆ ਕੇ ਸੈੱਟ ਕੀਤਾ ਸਾਨੂੰ, ਐਂ ਬੰਦ ਨਹੀਂ ਕੀਤੀ, ਮਤਲਬ ਇਹ ਨਹੀਂ ਤੁਹਾਨੂੰ ਦੁਕਾਨੇ ਬਣਾ ਲਿਆ ਆਪਾਂ, ਇਹ ਬੰਦੇ ਦਾ ਅਸੀਂ ਕਰਨਾ ਪੋਡਕਾਸਟ ਤੁਹਾਨੂੰ। ਹੈਲੋ ਹਾਂਜੀ, ਇਹ ਸਾਰੀ ਕਾਰੀਗਰ ਆ ਤਾਂ ਇੱਥੇ ਥੋੜਾ ਅੱਗੇ ਲਾ ਲਾ ਅੱਗੇ ਅੱਗੇ ਅੰਦਰ ਜੀ ਨਾ ਮਾਜੀ ਵਾਲਾ ਪਿੱਛੇ ਨਾ ਦੇ ਇਹਨੂੰ ਬਣਾ ਦੀ
ਯਾਰ ਜਿਹੜੇ ਹਿਸਾਬ ਨਾਲ ਤੂੰ ਘੁਮਾਉਣਾ ਇਹ ਚ ਤਾਂ ਉਹ ਲਵਾਉਣਾ ਹੀ ਪੈਣਗੇ ਇਹਦੇ ਵਿੱਚ। ਹਾਂ ਗਿੰਬਲ ਆਪਣੇ ਵਾਲੀ ਵਰਕਸ਼ਾਪ 'ਚ ਗਾਹ ਪਿਆ ਹੋਇਆ, ਗੱਡੀ 'ਤੇ ਗੱਡੀ ਚੜ੍ਹੀ ਖੜ੍ਹੀ ਆ, ਮਕੈਨਿਕਾਂ ਦੀ ਚਾਂਦੀ ਆ ਇਹਨਾਂ ਦਿਨਾਂ 'ਚ ਹੋਰ ਡਾਇਮੰਡ। ਅੱਛਾ ਵੀ ਸਾਰਿਆਂ ਨੇ ਦੱਸਿਓ ਸਾਨੂੰ ਕਾਲੇ ਕਿੱਦਾਂ। ਇਹ ਆ ਬੰਦਾ ਕਾਲਾ, ਹੋਰ ਠੀਕ ਠਾਕ। ਹੈਲੋ ਕਰੋ ਕਾਲੇ, ਏ ਸੀ ਗੈਸ ਪਾ ਰਹੇ ਯਾਰ ਗੱਡੀ ਦਾ ਹੋ ਗਿਆ ਏਸੀ ਆਪਣਾ ਖਤਮ। ਮਸਟਾਂ ਦਾ ਇੰਜਨ ਰੱਖਿਆ ਪੂਰਾ ਨਿੱਗਰ ਹੈ ਨਾ ਕੀ ਉਹ ਦਾਗ ਦੂਗ ਜੇ ਪੈਂਦੇ ਰਹਿੰਦੇ। ਧੋਣੇ ਪੈਣੇ ਇਹ ਬਾਈ, ਇੰਜਨ ਧੋਣਾ ਪੈਣਾ ਆਪਾਂ ਨੂੰ ਵਧੀਆ। ਨਹੀਂ ਯਾਰ ਧਵਾਇਆ ਹੋਇਆ ਦੇਖਦਾ ਸੀ ਕਿੰਨਾ ਸਾਫ ਆ, ਚਮਕਦਾ ਯਾਰ। ਹੂੰ ਤੇ ਡਸਟ ਤਾਂ ਪਊਗੀ, ਦਾਗ ਅੱਛੇ ਹੈ, ਦਾਗ ਅੱਛੇ। ਇੰਜਨ ਘੈਂਟ ਆ ਨਾ ਇਹਦਾ, ਸਰਫੈਕਸ ਇਹਦਾ ਦੇਖ ਸਕਦਾ ਕਿੰਨਾ ਘੈਂਟ ਆ। ਮਕੈਨਿਕ ਨੂੰ ਦੇਖ ਕੇ ਕਹੀ ਜਾਂਦਾ ਤੇ ਚਲਾਵਾ ਇਹ ਲੈ ਦੇ ਜਾਕੀ ਦੇਖ ਲਿਆ। ਹੁਣ ਆਪਾਂ ਪੇਂਟ ਕੀਤਾ ਉੱਥੇ, ਹੁਣ ਆਪਾਂ ਕੀ ਕਰ ਰਹੇ ਆ, ਏਸੀ ਨੂੰ ਠੀਕ ਕਰ ਰਿਹਾ, ਗੈਸ ਫਿਲ ਅਪ ਹੋ ਰਹੀ ਆ ਏਰੀਆ ਵਰਕਸ਼ਾਪ ਦਾ। ਉਹੀ ਤਾਂ ਮੈਂ ਕਹਿ ਭੋਰ ਕੇ ਆਵਾ ਤੂੰ ਹੁੰਦਾ ਨਾ। ਹਾਂ ਵੈਰੀ ਗੁੱਡ, ਠੀਕ ਆ ਕਾਲਾ। ਦੁਬਈ ਚ ਅਸੀਂ ਕਾਲਾ ਕਾਲਾ ਕਰਾਈ ਪਈ ਆ ਤੇ ਤੇ ਲੱਗਦਾ ਅਜੇ ਤੱਕ ਮਜ਼ਾਕ ਨਾ ਕੀਤਾ ਫਿਰ ਆਪਾਂ ਬਣੂਗੀ ਕਾਲਾ ਕਾਲਾ ਤਾਂ ਕਰਾਈ ਪਈ ਆ ਦੁਬਈ ਚ। ਕਾਲੇ ਆਏ ਸੀ ਨਾ ਦੋ ਫੋਨ ਤੈਨੂੰ, ਹੋਰ ਵੀ ਹਜੇ ਆਉਣਗੇ ਹੌਲੀ ਹੌਲੀ। ਮੈਂ ਸਭ ਨੂੰ ਇਹਦਾ ਨੰਬਰ ਦੇ ਦਿੰਦਾ ਹੁਣ ਸਾਰੇ। ਕਿਤੇ ਪਤਾ ਗੱਲ ਕੀ ਆ, ਗੱਡੀਆਂ ਸਾਰਿਆਂ ਕੋਲ ਹੀ ਆ ਇੱਥੇ, ਵੱਡੀ ਛੋਟੀ ਮਹਿੰਗੀ ਸਸਤੀ, ਔਰ ਉਹ ਖਰਾਬ ਹੁੰਦੀ ਆ ਗੱਡੀ ਇੱਥੇ ਥੋੜ੍ਹੀ ਜਿਹੀ, ਕਦੇ ਗਰਮੀਆਂ ਚੜ੍ਹਦੀਆਂ ਜਦੋਂ ਸਰਦੀਆਂ ਜਾਂਦੀਆਂ, ਇਸ ਹਿਸਾਬ ਨਾਲ ਖਰਾਬ ਹੋਣ ਲੱਗ ਜਾਂਦਾ, ਫਿਰ ਮੀਂਹ ਵੀ ਆਉਣ ਲੱਗ ਜਾਂਦਾ। ਇੱਥੇ ਮਕੈਨਿਕ ਨਹੀਂ ਚੱਜਦਾ ਮਿਲਦਾ ਯਾਰ, ਮਿਲਦੇ ਆ ਬਥੇਰੇ, ਸਾਰੇ ਠੱਗੀ ਮਿਲਣਗੇ ਤੁਹਾਨੂੰ। 90% ਮਤਲਬ ਗੰਡਾਸਾ ਰੱਖਿਆ ਹੁੰਦਾ ਉਹਨਾਂ ਨੇ ਭੈਣ ਚੋਂ ਹੁੰਦਾ ਬਾਈ। ਗੰਡਾਸਾ ਵੀ ਸਹੀ ਆ, ਦੇਖ ਤਾਂ ਆਉਂਦੀ ਇੱਥੋਂ ਮੈਂ ਪਹਿਲੀ ਵਾਰ ਘੁਮਾਉਣ ਲੱਗਾ। ਗੰਡਾਸਾ ਵੀ ਸਹੀ ਆ ਬਟ ਕੰਮ ਨਹੀਂ ਸਹੀ ਹੁੰਦਾ ਯਾਰ, ਕੰਮ ਨਹੀਂ ਕੰਮ। ਤੁਹਾਨੂੰ ਤੁਸੀਂ ਜੋ ਪ੍ਰੋਬਲਮ ਲੈ ਕੇ ਜਾਓਗੇ ਉਹ ਸਟਿਲ ਉੱਦਾਂ ਹੀ ਰਹੂਗੀ, ਲੇਕਿਨ ਸਾਡੇ ਨਾਲ ਹੋਰ ਪਾਰਟ ਚੇਂਜ ਕਰ ਦਿੰਦੇ ਜਿਹੜਾ ਕੁਛ ਉਹਨਾਂ ਨੂੰ ਪਤਾ। ਅਤੇ ਮਤਲਬ ਮੇਰਾ ਦੋਸਤ ਯਾਰ ਉਹ ਰੋ ਕੇ ਹਟਿਆ, ਉਹ ਕਹਿੰਦਾ ਯਾਰ ਮੈਨੂੰ ਇੱਕ ਵਧੀਆ ਮੈਂ ਕੈਨਿਕ ਦੱਸ ਦੇ, ਮੇਰਾ 2000 ਦਰਾਮ ਲੱਗ ਗਿਆ, ਮੈਂ ਗੱਡੀ ਦੇ ਸਾਰੇ ਆਰਮ ਐਂਗਲ ਵਗੈਰਾ ਸਾਰੇ ਥੱਲਿਓਂ ਚੇਂਜ ਕਰਵਾ ਤੇ ਆ, ਸਟਿਲ ਆਵਾਜ਼ ਆਉਣੀ ਨਹੀਂ ਹਟਦੀ, ਔਰ ਮੈਂ ਆਵਾਜ਼ ਦੀ ਕੰਪਲੇਂਟ ਲੈ ਕੇ ਗਿਆ। ਤੋਰੇ ਮੂਹਰੇ ਕਿਹਾ ਨਹੀਂ ਕਾਲਾ ਕਾਲਾ ਕਾਲਾ, ਮੈਂ ਜਿਹਦੀ ਬਰਾਂਚ ਸ਼ਕਿਲ ਵੀ ਕਾਲਾ 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 ਨੰਬਰ ਦਿੱਤਾ ਹੁਣ ਕਾਲੇ ਨੂੰ, ਆ ਇੱਥੇ ਆਊਗਾ ਉਹ। ਬਸ ਕਾਲੇ ਨੂੰ ਆਹੀ ਨਹੀਂ ਦੇਖਣਾ ਆਉਂਦਾ ਕਿੱਥੇ ਤੱਕ ਜਾਣੀ। ਇਹ ਸਾਰਾ ਇੰਡਸਟਰੀਅਲ ਏਰੀਆ, ਉਹਦੇ ਵਿੱਚ ਵਰਕਸ਼ਾਪ ਤੇ ਉਹਦੇ ਵਿੱਚ ਆਪਣੀ ਗੱਡੀ ਤੇ ਉਹਦਾ ਫਿਰ ਕਾਲਾ ਅੱਧ ਕਾਲਾ ਅੱਧ ਕਾਲਾ ਅੱਧ ਕਾਲਾ ਕਾਲਾ ਕਰਾ ਲੈਣੀ ਅਸੀਂ ਪੂਰੀ ਵੀਡੀਓ 'ਚ। ਲੱਗੀ ਲੱਗੀ ਕੀ ਕੀ ਲੱਗੀ ਏਸੀ ਲੱਗੀ
ਨਹੀਂ ਬੰਦ ਕਰੋ ਇੱਦਾਂ ਬਹਿ ਗਿਆ ਫਿਰ ਤੂੰ ਚੱਲ ਕਿਉਂ ਤਪਿਆ ਫਿਰਦਾ ਤਪਿਆ ਯਾਰ ਇੱਥੇ ਹੁਣ ਤਿੰਨ ਹੱਟੇ ਖੱਟੇ ਮੈਂ ਨਾਂ ਤਾਂ ਨਹੀਂ ਲੈਣਾ ਕੰਟਰੀ ਦੇ ਬੰਦਿਆਂ ਦਾ ਅਤੇ ਆ ਕੇ ਉਹੀ ਭਾਅ ਜੀ ਬੰਦੇ ਦੀ ਫੌਤਗੀ ਹੋ ਗਈ ਮੌਤ ਹੋ ਗਈ ਪੈਸੇ ਚਾਹੀਦੇ ਮਦਦ ਕਰੋ ਇਹਨਾਂ ਦੀਆਂ ਆਹ ਗੱਲਾਂ ਕਰਕੇ ਇੱਥੇ ਵੀਜ਼ੇ ਵੀ ਬੰਦ ਹੋ ਚੁੱਕੇ ਵੱਡੇ ਵੱਡੇ ਐਕਸ਼ਨ ਵੀ ਆ ਚੁੱਕੇ ਲੇਕਿਨ ਯਾਰ ਫਿਰ ਵੀ ਇਹਨੇ ਮਿਹਨਤ ਕਰਕੇ ਉਨੀ ਦਿਹਾੜੀ ਨਹੀਂ ਪਾਉਣੀ ਉਹਦੀ ਕੰਪਨੀ ਡਿਊਟੀ ਪਤਾ ਕਿੰਨੀ ਲੰਮੀ ਆ ਉਹਦੇ 5 ਵਜੇ ਦਾ ਕਰੋ 7 ਵਜੇ ਜਾਣਾ ਡਿਊਟੀ ਫਿਰ ਦੱਸ ਕਦੇ ਲੈਣ ਕਦੇ ਕਦੇ ਜੀਰੇ ਕਦੇ ਐਸਾ ਲੱਗੇ ਮੇ ਆ ਫਿਰ ਐਸਾ ਵਾਲਾ ਕੰਮ ਹੋਦਾ ਐਸਾ ਲਾਉਂਦੇ ਹਾਂ ਕਿੰਨਾ ਹਾਰਡ ਵਰਕ ਹੋ ਗਿਆ ਸਹੀ ਯਾਰ ਬਹੁਤ ਜ਼ਿਆਦਾ ਮੈਂ ਕਹਿੰਦਾ ਭਾਈ ਉਹ ਇੱਥੇ ਆਉਣਾ ਇੱਥੇ ਮੰਗ ਕੇ ਮਦਦ ਕਰਕੇ ਉਹ ਕਰਕੇ ਵੀ 5-10 ਰੁਪਏ ਵਧੀਆ ਦਿਹਾੜੀ ਪਾ ਕੇ ਤੁਰ ਜਾਣਾ ਹੈ ਨਾਲੇ ਇੱਥੇ ਯਾਰ ਗੱਲ ਬਾਈ ਉਹ ਵੀ ਆ ਉੱਤੋਂ ਅੰਬੈਰੈਂਸ ਇੰਨਾ ਕਰਦੇ ਨਾ ਸਾਹਮਣੇ ਵਾਲੇ ਬੰਦੇ ਨੂੰ ਵੀ ਤੁਸੀਂ 2 ਕੱਢ ਕੇ ਹੁਣ ਜਾਂ ਤਾਂ ਇੱਕ ਅੱਧਾ ਬੰਦਾ ਹੋਵੇ ਦਿਨ 'ਚ ਸਾਨੂੰ ਜਾਂ ਸਾਲ ਸਮਾਂ ਹੀ ਇੱਕ ਅੱਧਾ ਬੰਦਾ ਟੱਕਰਿਆ ਹੋਵੇ ਬੰਦਾ ਹੈਲਪ ਵੀ ਕਰ ਦਿੰਦਾ ਡੇਲੀ ਕੋਈ ਨਾ ਕੋਈ ਟੱਕਰਦਾ ਹੁਣ ਦੀ ਗੱਲ ਆ 2 ਮਿੰਟ ਅੱਜ ਦੀ ਕੈਮਰਾ ਕੱਢਿਆ ਕਿਉਂਕਿ ਬੋਲਣਾ ਜ਼ਰੂਰੀ ਆ ਬੁਲਾਉਣ ਪੁਲਿਸ ਵੀ ਬੰਦਾ ਬੜਾ ਹੱਦਾ ਜਦੋਂ ਜਾਣਗੇ ਉਹਨਾਂ ਦੀ ਪੈਠ ਦਿਖਾ ਦਾਂਗੇ ਰੂਲ ਆ ਉਹਨਾਂ ਨੇ ਪੁਲਿਸ ਵਾਲਿਆਂ ਨੇ ਕਿਹਾ ਵੀ ਸਾਨੂੰ ਦੱਸੋ ਹਾਂ ਇਹਨਾਂ ਦਾ ਬੈਗ ਵੀ ਪੈਕ ਕਰਾ ਦੇਣਾ ਉਹਨਾਂ ਨੇ ਗੱਡੀ ਹੋ ਗਈ ਠੀਕ ਪੂਰੀ ਆ ਦੇਖ ਹੋ ਗਈ ਨਾ ਕਾਲਾ ਹੋ ਗਈ ਕਾਲਾ ਹੋ ਗਈ ਪੂਰੀ ਕਸ਼ਮੀਰ ਹੋਣਾ ਦਾ ਕਾਲੇ ਜਾ ਪੇ ਕਰਿਆ ਫਿਰ ਚੱਲ ਤੇ ਗੱਲ ਹੈ ਇਹ ਗੋਲੀ ਨਹੀਂ ਘਟਣੀ ਹੁਣ ਕਾਲਾ ਕਰਾਤੀ ਹੈ ਦਵਾਈ ਚ ਕਾਲਾ ਹੋਈ ਪਈ ਆ ਤੇ ਸੌਰੀ ਫੋਰ ਦਿਸ ਹਨੇਰਾ ਕਿਉਂਕਿ ਅਸੀਂ ਗੱਡੀ ਚ ਬੈਠੇ ਆ ਪਹਿਲਾਂ ਵਾਲੀ ਕਲਿੱਪ ਤੁਸੀਂ ਦੇਖ ਲਈ ਹੋਣੀ ਆ ਕਿਹਦੇ ਬਾਰੇ ਬੋਲਿਆ ਯਾਰ ਇਨਫ ਹੁੰਦਾ ਯਾਰ ਬਸ ਇਨਫ ਹੁੰਦਾ ਵਾ ਛੱਡ ਦਿਓ ਇਹ ਚੀਜ਼ਾਂ ਤੁਹਾਡੇ ਕਰਕੇ ਬਹੁਤ ਸਾਰੀਆਂ ਚੰਗੀਆਂ ਫੈਮਲੀਆਂ ਜਿਹੜੀਆਂ ਇੱਥੇ ਆਪਦਾ ਸੈਟਲਡ ਫੈਮਲੀਆਂ ਜਿਹੜੀਆਂ ਆਪਦੇ ਹਾਰਡ ਵਰਕ ਕਰਕੇ ਰੋਜ਼ੀ ਰੋਟੀ ਕਮਾਉਂਦੇ ਨੇ ਹਨਾ ਉਹਨਾਂ ਨੂੰ ਪ੍ਰੋਬਲਮ ਹੋ ਰਹੀ ਆ ਤੁਸੀਂ ਤਾਂ ਵੀਜ਼ੇ ਬੰਦ ਕਰਾ ਕੇ ਫਿਰ ਵਾਪਸ ਚਲੇ ਜਾਓਗੇ ਹਨਾ ਤੁਸੀਂ ਕਤਰ ਚਲੇ ਜਾਓਗੇ ਕੁਵੈਤ ਚਲੇ ਜਾਓਗੇ ਹੋਈ ਨਹੀਂ ਤਾਂ ਸਾਊਦੀ ਅਰਬੀਆ ਚਲੇ ਜਾਓਗੇ ਉੱਥੇ ਜਾ ਕੇ ਤੁਸੀਂ ਆਪਦਾ ਮੰਗਣਾ ਸ਼ੁਰੂ ਕਰ ਦੋਗੇ ਠੀਕ ਆ ਤੁਹਾਨੂੰ ਬੰਦ ਕਰਨਾ ਚਾਹੀਦਾ ਜੀ ਇਹ ਜਦ ਇੱਕ ਵਾਰੀ ਸਾਰੇ ਪਾਸੇ ਯਾਰ ਹੈਡਲਾਈਨ ਬਣੀ ਹੋਈ ਆ ਫਿਰ ਵੀਜ਼ੇ ਬੰਦ ਹੋ ਗਏ ਨੇ ਚੱਲ ਕੰਟਰੀ ਦਾ ਨਾਂ ਨਹੀਂ ਮੈਂ ਲੈਂਦਾ ਮੈਂ ਕੱਟ ਦੂੰਗਾ ਤੇ ਵੀ ਆਹ ਕੰਟਰੀ ਦੇ ਵੀਜ਼ੇ ਫਿਰ ਬੰਦ ਹੋ ਗਏ ਨੇ ਅੱਜ ਕੱਲ੍ਹ ਦੀ ਨਿਊਜ਼ ਆ ਇਹ ਹਨਾ ਹੈਡਲਾਈਨ ਚੱਲ ਰਹੀ ਆ ਔਰ ਜਿਹਦੇ ਕਰਕੇ ਅਸੀਂ ਕੁਛ ਕੁ ਫੈਮਲੀਆਂ ਨੂੰ ਜਾਣਦੇ ਹਾਂ ਅੱਛੇ ਬਹੁਤ ਜ਼ਿਆਦਾ ਅੱਛੇ ਫੈਮਲੀ ਵਾਲੇ ਨੇ ਬੜੇ ਵਧੀਆ ਦੋਸਤ ਨੇ ਮਿੱਤਰ ਨੇ ਉਹਨਾਂ ਨੂੰ ਪ੍ਰੋਬਲਮ ਫੇਸ ਕਰਨੀ ਪੈ ਰਹੀ ਆ ਜਦੋਂ ਕਿ ਹੁਣ ਤੁਸੀਂ ਆਪਾਂ ਜਿਵੇਂ ਮਰਜ਼ੀ ਡੰਡ ਪਾ ਲਈਏ ਵੀ ਨਹੀਂ ਜਿਹਨਾਂ ਦੇ ਰਨਿੰਗ ਵੀਜ਼ੇ ਆ ਉਹਨਾਂ ਦਾ ਰੀਨਿਊ ਹੋ ਰਿਹਾ ਵਾ ਜਿਹਨਾਂ ਦਾ ਉਹ ਬਾਈ ਉਹ ਤੁੱਕਾ ਲੱਗ ਰਿਹਾ ਵਾ ਯਾਰ ਠੀਕ ਆ ਨਾ ਕਿੰਨੀ ਇੱਕ ਵਾਰੀ ਇੱਥੇ ਪ੍ਰੋਬਲਮ ਆਉਣੀ ਸ਼ੁਰੂ ਹੋ ਗਈ ਵੀਜ਼ਿਆਂ ਦੇ ਵਿੱਚ ਤਾਂ ਉਹ ਆਉਂਦੀ ਹੀ ਰਹਿਣੀ ਆ ਠੀਕ ਆ ਤੇ ਗੱਲ ਮੇਨ ਆ ਵੀ ਸੁਧਰਦੇ ਕਿਉਂ ਨਹੀਂ ਯਾਰ ਤੁਹਾਨੂੰ ਕਿਹੜਾ ਨਹੀਂ ਪਤਾ ਲੱਗਦਾ ਵੀ ਸੋਸ਼ਲ ਮੀਡੀਆ ਤੇ ਕੀ ਚੱਲ ਰਿਹਾ ਵਾ ਕੀ ਇਨਫੋਰਮੇਸ਼ਨ ਚੱਲ ਰਹੀ ਹੈ ਹਾਰਡ ਵਰਕ ਨਹੀਂ ਹੁਣ ਕਾਲਾ ਦੇਖਿਆ ਕੰਮ ਕਰਕੇ ਥੱਕਿਆ ਹੱਕਿਆ ਪਿਆ ਨਾ ਮਸਾ ਉਹਨੇ ਦਿਹਾੜੀ ਪਾਉਣੀ ਹੈ ਇਹਨਾਂ ਨੇ ਆਏ ਹੱਥ ਅੱਡ ਕੇ ਮਜ਼ੇ ਨਾਲ ਉਹੀ ਚਿੱਟੇ ਕੱਪੜਿਆਂ 'ਚ ਵਧੀਆ ਬਣਾ ਕੇ ਲੈ ਹੱਟੇ ਕੱਟੇ ਮੈਂ ਕਹਿੰਦਾ 6-6 ਫੁੱਟ ਦੇ ਕੱਦ ਹੋਣੇ ਤਿੰਨਾਂ ਦੇ ਠੀਕ ਆ ਔਰ ਤਕੜੇ ਕੁਆਂਟਲ ਦਾ ਵਜਨ ਹੋਣਾ ਹੱਟੇ ਕੱਟੇ ਮੂੰਹ ਤੇ ਲਾਲੀਆਂ ਚੁੰਦ ਦੇ ਪੈਂਦੀਆਂ ਨੇ ਮੈਂ ਕਹਿੰਦਾ ਖਾ ਪੀ ਕੇ ਤਕੜੇ ਕਿਸੇ ਪਾਸੇ ਉਹ ਨਹੀਂ ਲੱਗ ਰਿਹਾ ਸੀ ਕਹਿੰਦਾ ਫੌਤ ਹੋ ਗਿਆ
ਮੈਂ ਕਿਹਾ ਕੌਣ ਹੋਇਆ? ਕਹਿੰਦਾ ਇਹਦਾ ਹੋਇਆ, ਉਹਦੀ ਸ਼ਕਲ ਦੇ ਕੁਛ ਨਾ ਮੋਸ਼ੀ ਨਾ ਕੁਛ ਹੋਰ, ਉਹਨੂੰ ਫਿਰ ਐਕਸਪ੍ਰੈਸ਼ਨ ਬਦਲਨੇ ਹੁਣ ਬੰਦੇ ਨੂੰ ਆਵੇ ਸੀ ਕਿਵੇਂ ਉਹ ਕਰੀਏ, ਇੱਕ ਵਿਚਾਲੇ ਬੁੜਾ ਜਿਹਾ ਰੱਖਿਆ ਹੋਇਆ, ਮਤਲਬ ਉਹਨੂੰ ਕਿਵੇਂ ਹੁਣ ਦਿਖਾਵੇ ਵੀ ਮੇਰਾ ਕੋਈ ਮਰਿਆ ਵਾ ਉਹਨੂੰ, ਅਸੀਂ ਖੁਦ ਅੰਬੈਰਸ ਹੋ ਕੇ ਥੋੜਾ ਬੇਸ਼ਰਮ ਜੋ ਕੇ ਯਾਰ ਬਾਈ ਮਾਫ ਕਰਿਓ ਯਾਰ, ਤੁਸੀਂ ਅੱਗੇ ਜਾਓ। ਰੁਪਈਆ ਦੋ ਰੁਪਏ ਪੰਜ ਨਾਲ ਫਰਕ ਨੀ ਗਾ, ਬਟੇ ਵੱਧਦੇ ਆ ਨਾ, ਫਿਰ ਇਹਨਾਂ ਨੂੰ ਦੇਣਾ ਬੰਦ ਕਰੋ ਯਾਰ ਸਾਰੇ। ਸਹੀ ਹੈ ਨਾ, ਕੋਈ ਤਰਸ ਨੀ, ਕੋਈ ਅੰਬੈਰਸਮੈਂਟ ਫੀਲ ਨਾ ਕਰੋ, ਜਵਾਬ ਦੇ ਦੋ ਠੀਕ ਆ, ਨਹੀਂ ਤਾਂ ਪੁਲਿਸ ਵੀ ਇਨਵਾਈਟ ਕਰਦੇ ਆ ਕਿ ਸਾਨੂੰ ਕਾਲ ਕਰਕੇ ਦੱਸੋ ਇਹ ਬੰਦੇ ਇੱਥੇ ਘੁੰਮ ਰਹੇ ਨੇ। ਔਰ ਤੁਹਾਡੀ ਆਪਦੀ ਕੰਟਰੀ ਵਾਲਿਆਂ ਨੂੰ ਤੁਹਾਨੂੰ ਜ਼ਿਆਦਾ ਕਦਮ ਚੱਕਣਾ ਪੈਣਾ, ਜਿੱਥੇ ਦੱਸਦੇ ਆ ਪੁਲਿਸ ਨੂੰ ਫੜਾ ਦੋ, ਚਾਹੇ ਚਪੇੜਾ ਮਾਰ ਦੋ, ਇਹਨਾਂ ਨੇ ਕਿਹੜਾ ਅੱਗੇ ਕੰਪਲੇਂਟ ਕਰਨੀ ਆ ਸਾਲਿਆਂ ਨੇ। ਹਾਂ ਥੋੜਾ, ਕਿਉਂਕਿ ਯਾਰ ਫੇਰ ਬਚਾ ਲਓ। ਫੇਰ ਮੈਂ ਦੁਬਾਰਾ ਕਹਿ ਰਿਹਾ, ਬਹੁਤ ਅੱਛੀਆਂ ਫੈਮਿਲੀਜ਼ ਨੇ, ਮਿੱਤਰ ਦੋਸਤ ਨੇ ਜਿਨ੍ਹਾਂ ਨੂੰ ਪ੍ਰੋਬਲਮ ਆ ਰਹੀ ਆ, ਅਸੀਂ ਜਾਣਦੇ ਆ, ਅਸੀਂ ਜਾਣਦੇ ਆ ਠੀਕ ਆ ਨਾ। ਕਈ ਕੰਪਨੀਆਂ ਚੇਂਜ ਕਰਨ ਨੂੰ ਬੈਠੇ ਆ ਮਿੱਤਰ, ਨਹੀਂ ਕਰ ਸਕਦੇ, ਨਹੀਂ ਕਰ ਸਕਦੇ, ਡਰਦੇ ਆ। ਹਾਂ ਇਹੀ ਗੱਲਾਂ ਕਰਕੇ ਹੁਣ ਹੁਣ ਹੌਲੀ ਹੌਲੀ ਕਰਦੇ ਕਰਦੇ ਜਮਾ ਹੀ ਸੀਲ ਕਰ ਦੇਣਗੇ। ਅਗਰ 6 ਮਹੀਨੇ ਵੀ ਵੀਜ਼ੇ ਸੀਲ ਹੋ ਗਏ ਨਾ ਤਾਂ ਯਾਰ ਕਿੰਨੇ ਜਾਣੇ ਰੌਲੇ ਜਾਣਗੇ। ਉਹ 6 ਮਹੀਨੇ ਹੋ ਗਏ ਬਾਈ, ਨਵਾਂ ਵੀਜ਼ਾ ਕੋਈ ਨਹੀਂ ਲੱਗ ਰਿਹਾ, ਵਿਜ਼ਿਟ ਵੀਜ਼ਾ ਇਹਨਾਂ ਨੂੰ ਨਹੀਂ ਮਿਲ ਰਿਹਾ, ਹਨਾ ਬੜਾ ਪ੍ਰੋਬਲਮ ਕ੍ਰੀਏਟ ਹੋ ਰਹੀ ਹੈ। ਕੁਝ ਕੁ ਬੰਦੇ ਆ ਨਾ, ਕੁਝ ਕੁ ਬੰਦਿਆਂ ਕਰਕੇ ਪੂਰੀ ਕੰਟਰੀ ਬਦਨਾਮ ਹੁੰਦੀ ਹੈ। ਚਲੋ ਬਾਕੀ ਜਿਨ੍ਹਾਂ ਨੇ ਵੱਡਿਆਂ ਵੱਡਿਆਂ ਨੇ ਸਮਝਾਤਾ, ਸਾਡੇ ਸਮਝਣ ਨਾਲ ਜਾਂ ਨਾ ਸਮਝਾਉਣ ਨਾਲ ਕਿਸੇ ਨੂੰ ਕੋਈ ਫਰਕ ਤਾਂ ਪੈਣਾ ਨਹੀਂ, ਲੇਕਿਨ ਸਾਡਾ ਜੋ ਸਾਡੇ ਨਾਲ ਹੋਈ ਅਸੀਂ ਉਹ ਦੱਸ ਰਹੇ ਹਾਂ। ਹੋਈ ਪਹਿਲਾਂ ਆਪਣੇ ਸਲੂਨ ਚੱਲਦੇ ਆ, ਸਲੂਨਾਂ ਦੇ ਵਿੱਚ ਮਤਲਬ ਸਵੇਰ ਤੋਂ ਸਟਾਰਟ ਹੋ ਜਾਂਦੇ ਆ, ਸਵੇਰ ਤੋਂ ਸਟਾਰਟ ਹੋ ਜਾਂਦੇ ਆ ਹੱਟੇ ਖੱਟੇ। ਇੱਕ ਤਾਂ ਯਾਰ ਨਕਲੀ ਜ਼ਖਮ ਬਣਾਈ ਫਿਰਦਾ ਸੀਗਾ, ਮੈਂ ਉੱਥੇ ਰਿਸੈਪਸ਼ਨ ਤੇ ਬੈਠਾ ਸੀ, ਉਹ ਨਕਲੀ ਜ਼ਖਮ ਉਹਨੇ ਇਹੋ ਜਿਹਾ ਬਣਾਇਆ ਮੇਰੇ ਕੋਲ ਆ ਕੇ ਮੂਹਰੇ ਰੱਖਤੀ ਵਾ ਹੈਂ, ਤੇ ਉਹਨੇ ਪਤਾ ਨਹੀਂ ਕਿਹੜੀ ਚਰਬੀ ਚੁਰਬੀ ਲਓ, ਮੈਂ ਬਾਅਦ ਚ ਸਰਚ ਕੀਤਾ, ਉਹ ਕਹਿੰਦੇ ਇਹ ਨਾ ਜਾਨਵਰ ਦੀ ਚਰਬੀ ਲਾ ਕੇ ਉਹਦਾ ਜ਼ਖਮ ਬਣਾਉਂਦੇ ਆ ਵਧੀਆ ਹੈਂ, ਉਹ ਐਂ ਲੱਗੂ ਜਿਵੇਂ ਤੈਨੂੰ ਓਰੀਜਨਲ ਹੁੰਦਾ, ਉਹ ਚ ਸਮੈਲ ਵੀ ਗੰਦੀ ਆਉਂਦੀ। ਮੈਨੂੰ ਬੋਲਦਾ ਹੁੰਦਾ ਸੀ ਅੱਗੇ, ਮੈਂ ਡੇਲੀ ਡੀਲ ਕਰਨੇ ਆ ਸਲੂਨ ਤੇ ਬੈਠਾ ਹੁੰਦਾ ਸੀ, ਮੈਨੂੰ ਡੇਲੀ ਸਵੇਰ ਤੋਂ ਸ਼ਾਮ ਦਾ 5-6 ਮੈਲੀ ਜਾਣੇ ਆ, ਮੈਂ ਬੋਲਦਾ ਹੁੰਦਾ ਸੀ ਯਾਰ ਕੰਮ ਕਰ ਲਓ, ਇਹਨੇ ਮੈਨੂੰ ਕਿਹਾ ਕਰਨਾ ਛੋਟੇ ਤੂੰ ਨਾ ਬੋਲਿਆ ਕਰਕੇ ਵੀ ਚੱਲ ਕੋਈ ਆਉਂਦਾ ਉਹਨੂੰ ਏਕਾ ਦਸ ਵੀਸਾ ਦੇ ਕੇ ਤੋੜ ਦੇ ਯਾਰ, ਵੀ ਕਾਹਨੂੰ ਬੋਲਣਾ। ਲੇਕਿਨ ਉਹ ਭਰਾਵਾ ਹੁਣ ਤਾਂ ਆਵਾ ਹੀ ਉਹਦੀ ਆ ਯਾਰ, ਬੰਦਾ ਹੁਣ ਸਾਰੇ ਟਾਇਟ ਆ ਭਾਈ, 5-10 ਰੁਪਏ ਕੱਢਣ ਲੱਗਿਆ ਬੰਦਾ, ਕੋਈ ਪ੍ਰੋਬਲਮ ਨਹੀਂ, ਅਸੀਂ ਜਾਂਦੇ ਹਾਂ ਟਿਪ ਵਗੈਰਾ ਦਿੰਦੇ ਹਾਂ ਅਸੀਂ, ਇਹੋ ਜਿਹੀ ਗੱਲ ਨਹੀਂ, ਸਾਰਾ ਕੁਛ ਹੁੰਦਾ, ਜਿਹਦਾ ਹੱਕ ਬਣਦਾ ਦਿਓ, ਜਿਹੜਾ ਮਿਹਨਤ ਕਰਦਾ ਉਹਨੂੰ ਦਿਓ ਹੈ ਨਾ। ਇੱਥੋਂ ਤੁਸੀਂ ਵਿਹਲੇ ਮੁੰਡਿਆਂ ਨੇ ਇੱਥੇ ਫਲੈਟਾਂ ਦੀਆਂ ਫਲੈਟਾਂ ਭਰ ਕੇ ਤੁਸੀਂ ਇੱਥੇ ਆ ਗਏ, ਆ ਕੇ ਤੁਸੀਂ ਇੱਥੇ ਮੰਗ ਗਿਰੀ ਕਰਨੀ ਆ, ਉਹ ਵੀ ਚੰਗੀ ਗੱਲ ਨਹੀਂ ਨਾ। ਕਿੰਨੇ ਜਾਣਾ ਦਾ ਤੁਸੀਂ ਨੱਕ ਡਬੋ ਕੇ ਰੱਖਤਾ, ਤੁਹਾਡੇ ਕਰਕੇ ਕਿੰਨੀ ਰੈਪੂਟੇਸ਼ਨ ਡਾਊਨ ਹੋ ਗਈ ਆ ਹੈਂ, ਥੋੜ੍ਹਾ ਉਹ ਤਾਂ ਦੇਖੋ। ਚਲੋ ਕੋਈ ਗੱਲ ਨਹੀਂ, ਬਾਕੀ ਤੁਹਾਡੀ ਮਰਜ਼ੀ ਆ, ਲੇਕਿਨ ਸਾਡੀ ਇਹ ਸੀਗੀ ਇਨਫੋਰਮੇਸ਼ਨ ਤੁਹਾਨੂੰ ਅੱਗੇ, ਜਿਨ ਅਗਰ ਇੱਕ ਅੱਧੇ ਬੰਦੇ ਨੇ ਵੀ ਦੇਖਿਆ ਨਾ ਤਾਂ ਵੀ ਠੀਕ ਆ। ਚਲੋ ਬਾਬਾ ਮਿਲਦੇ ਹਾਂ, ਅਸੀਂ ਆ ਗਏ ਹੁਣ ਘਰੇ, ਗੱਡੀ ਹੋ ਗਈ ਸਾਡੀ ਸੈੱਟ, ਸਮਝ ਗਿਆ ਏਸੀ ਬੰਦ ਕਰਨਾ ਪਿਆ ਇੰਨੀ ਕੂਲਿੰਗ ਆ। ਹੁਣ ਅਸੀਂ ਜਿਹੜਾ ਬੋਲਣਾ ਸੀ ਬੋਲਤਾ, ਇਨਫੋਰਮੇਸ਼ਨ ਜਿਹਨੇ ਸੁਣਨੀ ਸੁਣ ਲਿਓ, ਅਤੇ ਜੋ ਸਾਡੇ ਨਾਲ ਹੋਇਆ ਹੱਡ ਬੀਤੀ ਤੁਹਾਨੂੰ ਉਹ ਸੁਣਾਈ ਆ ਠੀਕ ਆ। ਅਤੇ ਹੁਣ ਅਸੀਂ ਇੱਥੇ ਤੱਕ ਮੈਂ ਵਲੋਗ ਅਪਲੋਡ ਕਰਾਂਗਾ ਨਾ ਸਲੀਮੇ, ਅਤੇ ਉਦੋਂ ਅਗਲਾ ਪਾਰਟ ਕੰਟੀਨਿਊ ਰੱਖਾਂਗੇ, ਕਿਉਂਕਿ ਅੱਜ ਅਸੀਂ ਰਾਤ ਨੂੰ ਜਾ ਰਹੇ ਹਾਂ ਮੁੰਡਿਆਂ ਨੂੰ ਘੁੰਮਾ ਲਈਏ ਥੋੜ੍ਹਾ ਬਹੁਤ ਹੈ ਨਾ, ਕਿਉਂਕਿ ਆਪਣੇ ਹੈਗੇ ਆ ਉਹ ਕਾਫੀ ਟਾਈਮ ਤੋਂ ਲੱਗਿਆ ਬਾਈਕ ਘੁੰਮਾ ਲਿਆ ਉਹ ਕਿਤੇ ਹੈ ਨਾ, ਅਤੇ ਘੁੰਮਾ ਕੇ ਉਹਨਾਂ ਨੂੰ ਨਾਲ ਰਾਤ ਨੂੰ ਫਿਰ ਉਹ ਵਲੋਗ ਵੀ ਆਪਾਂ ਅਪਲੋਡ ਕਰਾਂਗੇ, ਉਹ ਵੀ ਮਟਰ ਗਾਸ਼ਤੀ ਦੇਖ ਲਿਓ ਸਾਡੀ ਠੀਕ ਆ। ਮਟਰ ਗਾਸ਼ਤੀ ਕਾਹਦੀ ਯਾਰ, ਖਵਾ ਪਿਆ ਲਿਆਵਾਂਗੇ ਜਵਾਕਾਂ ਨੂੰ। ਚੱਲ ਠੀਕ ਆ, ਏਦਾਂ ਹੀ ਆ, ਚੱਲ ਓਕੇ ਬਬਾਸ। ਹੋ ਗਿਆ ਕੰਮ, ਲੜਦਾ ਸੀ ਯਾਰ ਲਾਉਣ ਜੱਫੀ ਪਾਈ ਫਿਰਦਾ, ਫਰੈਂਡਸ਼ਿਪ ਹੋ ਗਈ ਫਿਰ, ਫਰੈਂਡ ਬਣ ਗਿਆ ਹੁਣ ਤੜਾ। ਅੱਛਾ ਡਰਾਈਵਰ ਕੌਣ ਆ ਫਿਰ?
ਯਾਰ ਉਹ ਤੁਸੀਂ ਆਪਾਂ ਜਿਹੜਾ ਜੀ ਟੀ ਏ 5 ਦੇ ਵਿੱਚ ਕਰੈਕਟਰ ਆ ਉਹ ਇੱਕ ਦਾ ਨਾਂ ਫਰੈਂਕਲਿਨ ਆ, ਇੱਕ ਦਾ ਨਾਂ ਟਰੈਵਰ ਆ। ਮੈਂ ਤੁਹਾਨੂੰ ਤਾਂ ਦੱਸ ਰਿਹਾ ਕਿਉਂਕਿ ਅਸੀਂ ਟਰੈਵਲ ਟਰੈਵਲ ਕੱਢਦੇ ਹਾਂ ਨਾ, ਫਰੈਂਕਲਿਨ ਉਹ ਸਾਡਾ ਜਵਾਬ ਕਰਦਾ, ਉਹ ਟਰੈਵਲ। ਮੈਂ ਮਾਈਕਲ ਆਪ, ਚੱਲ ਠੀਕ ਆ, ਚਲੀਏ ਫਿਰ ਸਲੀਮ, ਚੱਲ ਫਿਰ ਵੱਡਾ ਹੋ ਗਿਆ ਨਾ, ਮੈਂਟੇਨੈਂਸ ਦਾ ਨਾਂ ਸਮਝਿਆ ਪਿਆ ਬਿਲਡਿੰਗ ਦਾ ਹੈ ਸਲੀਮ। ਅੱਛਾ ਤੁਹਾਨੂੰ ਬਿਲਡਿੰਗ ਦੀ ਮੇਨਟੇਨੈਂਸ ਦਾ ਸਾਰਾ ਨਾਸ ਵੱਜਿਆ ਪਿਆ, ਇੱਕ ਤਾਂ ਤੁਹਾਨੂੰ ਮਾਹੌਲ ਕਾਹਦਾ ਥੱਲੇ ਕਿੰਨਾ ਕਚਰਾ, ਕਦੇ ਨਹੀਂ ਦੇਖਿਆ ਸੀਗਾ ਪਿਛਲੇ 4 ਸਾਲਾਂ ਤੋਂ, ਅਤੇ ਆਹ ਲਿਫਟ ਖਰਾਬ ਹੋਈ ਵੀ ਹੈ ਅਤੇ ਚੱਲ। ਇਹ ਇਹਦੇ ਵਿੱਚ ਭਾਈ ਇੱਕ ਗੱਲ ਹੋਰ ਆ ਜਾਂਦੀ ਆ ਵੀ ਜਦੋਂ ਕੋਈ ਬੰਦਾ ਪੈਸੇ ਵੱਧ ਮੰਗਦਾ ਉਹ ਕਿਸੇ ਰੀਜ਼ਨ ਨਾਲ ਮੰਗਦਾ। ਹਾਂ ਦੈਟ ਇਜ਼ ਕੁਆਲਿਟੀ, ਕੁਆਲਿਟੀ ਮੈਟਰ ਕਰਦੀ ਹੈ। ਅਗਰ ਕਿ ਨਾ ਤੁਹਾਨੂੰ ਪੈਸੇ ਖਰਚਣੇ ਪੈਣੇ, ਸਿਰਫ 3 ਲਿਫਟਾਂ ਚੋਂ ਆਹ ਚੱਲਦੀ ਆ, 3-4 ਸਾਲ ਹੋ ਗਿਆ ਬਿਲਡਿੰਗ ਚ ਰਹਿੰਦੇ, ਅੱਜ ਤੱਕ ਇੰਨੀ ਗੰਦੀ ਸਰਵਿਸ ਨਹੀਂ ਦੇਖੀ ਸੀ। ਸਹੀ ਗੱਲ ਆ, ਇੱਕ ਬੱਲਬ ਵੀ ਖਰਾਬ ਹੋਣਾ ਨਾ, ਹਾਂ ਕਾਲ ਕਰਨੀ ਆ ਜਦੀ ਨੈਕਸਟ ਡੇ ਚੇਂਜ, ਨੈਕਸਟ ਡੇ ਵੀ ਕਿ ਅੱਧੇ ਘੰਟੇ ਚ ਆ ਜਾਂਦੇ, ਚੇਂਜ ਕਰ ਦਿੰਦੇ ਸੀਗਾ ਅੱਧੇ ਘੰਟੇ ਚ। ਆ ਲੈਫਟ ਨੂੰ ਹੁਣ ਲੋ ਕਾਸਟ ਕੰਪਨੀ ਨੇ ਉਹ ਫੜਿਆ ਵਾ ਟੈਂਡਰ, ਤੇ ਲੋ ਕਾਸਟ ਵਾਲੇ ਫਿਰ ਲੋ ਕਾਸਟ ਵਾਲੇ ਹੀ ਆ, ਉਹਦੇ ਹੀ ਕੰਮ ਹੋਊਗਾ। ਚਲੋ ਜੀ, ਚਲੋ ਜੀ, ਮਿਲਦੇ ਫਿਰ, ਸਾਡੇ ਕੋਲ ਆਓ ਅਸੀਂ ਤੁਹਾਡੇ ਪੈਸੇ ਵਧੀਆ ਜਗ੍ਹਾ ਖਰਚਾਵਾਂਗੇ। ਚਲੋ ਮਿਲਦੇ ਫਿਰ ਬਾਈ।